ਨਾ ਇਸਤੀਸ ਲਾਡੋ ਦੇ ਅਫਤਾਰ ਸਿੰਘ ਨੇ ਫਿਲਮਾਂ ਚ ਮਕਬੂਲੀਅਤ ਹਾਸਲ ਕੀਤੀ ਪੰਜਾਬੀ ਬਲੌਕਬਸਟਰ ਫਿਲਮ ਯਾਦ ਅਨਮੁੱਲੇ ਦੇ ਰਾਹੀ ਯਾਰਨ ਮੁੱਲੇ ਵਿੱਚ ਹਰੀਸ਼ ਵਰਮਾ ਨੇ ਜੱਟ ਟਿੰਕਾ ਦਾ ਰੋਲ ਇਸ ਕਦਰ ਨਿਭਾਇਆ ਕਿ ਕ੍ਰਿਟਿਕਸ ਅਤੇ तमाम ਪੰਜਾਬੀ ਆਡੀਅנס ਇਹਨਾਂ ਦੇ ਕੰਮ ਦੀ دیوانی ਹੋ ਗਈ ਤੇ ਨਾਲ ਹੀ ਸੁਪਰ ਹਿਟ ਹੋਈ ਹਰੀਸ਼ ਵਰਮਾ ਤੇ ਯੋਗਰਾਜ ਹੰਸ ਦੀ ਜੋੜੀ ਕੰਪਿਊਟਰ ਦੇ ਯੁੱਗ ਵਿੱਚ ਮਿੱਟੀ ਦੀ ਗੱਲ ਕਰਨ ਵਾਲੇ ਦਿਮਾਗ ਦੇ ਮਸਲੇ ਦਿਲ ਨਾਲ ਹੱਲ ਕਰਨ ਵਾਲੇ ਸ਼ਬਦਾਂ ਨਾਲ ਯਾਰੀ ਰੱਖਣ ਵਾਲੇ ਪੰਛੀਆਂ ਤੇ ਬੂਟਿਆਂ ਨਾਲ ਸਾਝ ਰੱਖਣ ਵਾਲੇ ਉੱਚੀ ਸੋਚ ਨੂੰ ਜਗਨੂ ਮੰਨਣ ਵਾਲੇ ਹਰੀਸ਼ ਵਰਮਾ ਇਹਨਾਂ ਨੇ ਸਾਂਝੀਆਂ ਕੀਤੀਆਂ ਸਾਡੇ ਨਾਲ ਆਪਣੇ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਤਜਰਬੇ ਇੱਕ ਖਾਸ ਮੁਲਾਕਾਤ ਦੇ ਦੌਰਾਨ ਬਿਟਵੀਨ ਅਸ ਵੈਲਕਮ ਟੂ ਦ ਸ਼ੋ ਹਰੀਸ਼ ਜੀ ਥੈਂਕ ਯੂ ਵੈਰੀ ਮਚੀ सब तो पहला असं गल करें जिन्होंने फिल्म सेम कर रहे हो आई थिंक एंड है सोशल लीवल है फिल्म नहीं है मतलब कंप्लीटली डिफरेंट कइंट ऑफ मूवी जिमें इस मुद्दा है जिस खिलाफ फाइट है right. ਉਹ ਕਰਕੇ ਮਜ਼ਾ ਆ ਰਿਹਾ ਬੜੀ ਅੱਛੀ ਸਕ੍ਰਿਪਟ ਹੈ ਜੀ ਤੇ ਹੈਪੀ ਗੋ ਲੱਕੀ ਹੈਪੀ ਗੋ ਲੱਕੀ ਜਿਹੜੀ ਫਿਲਮ ਹੈ ਉਹ ਲਾਈਟ ਹਾਰਟਡ ਫਿਲਮ ਹੈ ਓਕੇ ਉਹ ਰੋਮਾਂਟਿਕ ਕਾਮੇਡੀ ਹੈ ਤੇ ਤਿੰਨ ਬ੍ਰਦਰਸ ਜੀ ਬੇਸਿਕਲੀ ਸਟੋਰੀ ਹੈ ਉਹ ਹੈਪੀ ਗੋਲਡੀ ਲੱਕੀ ਹੈਪੀ ਗੋ ਹੈਪੀ ਗੋ ਲੱਕੀ 올 ਰਾਈਟ ਤੇ ਤੁਸੀਂ ਤਿੰਨਾਂ ਚੋਂ ਤੁਸੀਂ ਕਿਹੜੇ ਮੈਂ ਉਹਨਾਂ ਚੋਂ ਗੋਲਡੀ ਹੈ ਗੋਲਡੀ ਓਕੇ ਤੇ ਹੈਰੀ ਬੋਵੇਜਾ ਪ੍ਰੋਡਕਸ਼ਨਸ ਓਕੇ ਉਹ ਪ੍ਰੋਡਿਊਸ ਕਰਦੇ ਪਏ ਹੈਰੀ ਬੋਵੇਜਾ ਜੀ ਤੇ ਮਿਸਟਰ ਪ੍ਰਿੰਸ ਇਹਨੂੰ ਡਾਇਰੈਕਟ ਕਰਦੇ ਪਏ ਆ ਤੇ ਫਾਈਟ ਬੈਕ ਨੂੰ ਡਾਇਰੈਕਟ ਕਰ ਰਹੇ ਨੇ ਮਿਸਟਰ ਗੁਰਚਰਨ ਬੇਰਕ ਓਕੇ ਓਕੇ ਜਿਨ੍ਹਾਂ ਨਾਲ ਤੁਸੀਂ ਕਾਫੀ ਥੀਏਟਰ ਵੀ ਕੀਤਾ ਨਹੀਂ ਉਹ ਸੌਰੀ ਉਹ ਗੁਰਸ਼ਰਨ ਸਿੰਘ ਜੀ ਨੇ ਇੱਕ ਗੁਰਚਰਨ ਬੇਰਕ ਰਾਈਟ 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 ਹਾਂਜੀ ਹਾਂਜੀ ਰਾਈਟ ਸੋ ਦੋਵੇਂ ਨਾਲ ਕੰਮ ਕਰਕੇ ਬੜਾ ਮਜ਼ਾ ਆ ਰਿਹਾ ਜੀ ਓਕੇ ਤੇ ਫਾਈਟ ਬੈਕ ਕਦੋਂ ਡਿਊ ਹੈਗੀ ਰਿਲੀਜ਼ ਲਈ ਜੋ ਮੈਨੂੰ ਦੱਸਿਆ ਗਿਆ ਟੈਂਟੇਟਿਵਲੀ ਸੈਪਟੈਂਬਰ ਸੋਚਿਆ ਗਿਆ ਕਿ ਰਿਲੀਜ਼ ਕੀਤੀ ਜਾਏਗੀ ਸੈਪਟੈਂਬਰ ਚ ਤੇ ਹੈਪੀ ਗੋ ਲੱਕੀ ਜੁੰਚ ਰਾਈਟ ਰਿਲੀਜ਼ ਹੋਈ ਤੇ ਫਾਈਟਬੈਕ ਚ ਤੁਹਾਡਾ ਕੀ ਰੋਲ ਹੈ ਫਾਈਟਬੈਕ ਚ ਮੇਰਾ ਇੱਕ ਕਾਲਜ ਗੋਇੰਗ ਮੁੰਡੇ ਦਾ ਰੋਲ ਹੈ ਜਿਹੜਾ ਕਿ ਬੜਾ ਇਨੋਸੈਂਟ ਹੈ ਜਿਹਨੂੰ ਪਤਾ ਨਹੀਂ ਕਿ ਹਾਲੇਦੋਲੇ ਹੋ ਕੀ ਰਿਹਾ ਬਟ ਵੈਨ ਹੀ ਕਮਸ ਟੂ نو ਫੇਰੋ ਕਿਵੇਂ ਫਾਈਟਬੈਕ ਕਰਦਾ ਹੈ ਹਾਊ ਡਸ ਵਾਟ ਡਸ ਹੀ ਡੂ ਆਫਟਰਵਾਰਡਸ ਉਹ ਬੇਸਿਕਲੀ ਕਹਾਣੀ ਹੈ ਤੇ ਅੱਜਕੱਲ ਜਿਵੇਂ ਕਾਮੇਡੀ ਫਿਲਮਾਂ ਦਾ ਦੌਰ ਚੱਲ ਰਿਹਾ ਹੈ ਸੋ ਉਹਦੇ ਵਿੱਚ ਚੱਲ ਰਿਹਾ ਚੱਲਦਾ ਰਿਹਾ ਵੈਸੇ ਵਿੱਚ 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 ਆਂਦੀਆਂ ਬਿੱਦਲੀਆਂ ਜਿਹੜੀਆਂ ਯਾਰ ਰਾਈਟ ਯਾ ਸੋ ਤੁਹਾਨੂੰ ਸੀਰੀਅਸ ਫਿਲਮ ਦਾ ਆਫਰ ਐਕਸੈਪਟ ਕਰਨ ਲੱਗੇ ਕੋਈ ਚਿਜਕ ਜਾਂ ਕੁਝ ਹੈਜ਼ਿਟੇਸ਼ਨ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਮੈਂ ਆਡੀਅנס ਨੂੰ ਵੀ ਦੱਸਣਾ ਚਾਹੂੰਗਾ ਕਿ ਮੇਰਾ ਬੇਸਿਕਲੀ ਕਿਸੇ ਵੀ ਸਕ੍ਰਿਪਟ ਨੂੰ ਚੂਜ਼ ਕਰਨ ਦਾ ਮੇਨ ਮੋਟੀਵੇਸ਼ਨ ਹੁੰਦਾ ਹੈ ਸਕ੍ਰਿਪਟ ਓਕੇ ਸਬਜੈਕਟ ਜਿਹੜਾ ਸਟੋਰੀ ਹਾਂਜੀ ਸਬਜੈਕਟ ਆ ਕੀ ਸਬਜੈਕਟ ਹੈ ਸਟੋਰੀ ਕੀ ਹੈ ਤੇ ਭਾਵੇਂ ਉਹ ਕਿਸੇ ਵੀ ਜਨਰ ਦੀ ਫਿਲਮ ਹੋਵੇ ਓਕੇ ਕਾਮੇਡੀ ਹੋਵੇ ਰੋਮਾਂਟਿਕ ਹੋਵੇ ਜਿਵੇਂ ਸੀਰੀਅਸ ਹੋਵੇ রাইਟ تو ਇਟ ਡਿਪੈਂਡਸ ਓਨ தி ਸਕ੍ਰਿਪਟ ਮੈਂ ਕਿਵੇਂ ਚੂਸ ਕਰਦਾ ਤੇ ਕੋਈ ਇਦਾਂ ਦਾ ਫੈਕਟਰ ਵੀ ਹੈ ਜਿਹਦੇ ਕਰਕੇ ਤੁਸੀਂ ਬਲਾਈਂਡਲੀ ਕੋਈ ਫਿਲਮ ਬਿਨਾਂ ਸਕ੍ਰਿਪਟ ਸੁਨੇ ਵੀ ਐਕਸੈਪਟ ਕਰ ਸਕਦੇ ਹੋ ਫਿਲਮ ਇਜ਼ ਇਟ ਐਨੀ ਐਕਟਰ অর ਐਨੀ ਡਾਇਰੈਕਟਰ ਮਤਲਬ ਦੇ ਨੇ ਤੁਸੀਂ ਕੁਝ ਬਿਨਾ ਸੋਚੇ ਸਮਝੇ ਰੋਲ ਵਗੈਰਾ ਵੀ ਯੂ نو ਇਹ ਫਿਲਮ ਦਾ ਆਈ ਹੈਵ ਟੂ ਡੂ ਇਟ ਨਹੀਂ ਮੇਰੇ ਖਿਆਲ ਇਦਾਂ ਦਾ ਨਹੀਂ ਆ ਹੁਣ ਕਿਉਂਕਿ ਹੁਣ ਰਿਸਪੌਂਸਿਬਿਲਟੀ ਥੋੜੀ ਮੈਨੂੰ ਲੱਗਦੀ ਹੈ ਓਕੇ ਰਿਸਪੌਂਸਿਬਿਲਟੀ ਲੱਗਦੀ ਹੈ ਅ ਸਿਨੇਮਾ ਦੇ ਪ੍ਰਤੀ ਵੀ ਕਿਉਂਕਿ ਹੁਣ ਲੋਕੀ ਪਸੰਦ ਕਰਦੇ ਆ ਐਕਸਪੈਕਟ ਕਰਦੇ ਆ ਵਧੀਆ ਕੰਮ ਤੇ ਫਿਰ ਇਹ ਵੀ ਜ਼ਿੰਮੇਵਾਰੀ ਹੈ ਕੁਝ ਸੂਝਵਾਨ ਬੰਦੇ ਮੈਨੂੰ ਮਿਲਦੇ ਨੇ ਤੇ ਉਹ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਿ ਚੰਗਾ ਕੰਮ ਕਰਤਾ ਪਿਆ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸਿਨੇਮਾ ਨੂੰ ਚੰਗੇ ਰਾਹ ਤੇ ਲੈ ਕੇ ਜਾਣਾ ਸੋ ਇਹੋ ਜਿਹਾ ਕੁਛ ਹੈ ਮੈਂ ਕੋਸ਼ਿਸ਼ ਤਾਂ ਇਹ ਕਰਦਾ ਪਿਆ ਜੀ ਟੂਰ ਰਿਸਪਾਂਸਿਬਲ ਆਰਟਿਸਟ ਮਤਲਬ ਜਿਹੜੀ ਐਜ਼ ਐਨ ਆਰਟਿਸਟ ਮੈ ਰਿਸਪਾਂਸਿਬਲ ਐਕਚੁਅਲੀ ਬਾਕੀ ਪੋਰ ਸਾਰੇ ਫੈਕਟਰਸ ਹੁੰਦੇ ਆ ਰਾਈਟ ਕਈ ਵਾਰੀ ਸਕ੍ਰਿਪਟ ਸੁਣਦੇ ਆ ਕੁਛ ਬਣ ਕੇ ਨਿਕਲਦੀ ਆ ਕੁਛ ਐਂਡ ਲੋਡ ਵੀ ਵੈਸੀ ਰਿਸਪਾਂਸਿਬਲ ਹੋਣੇਲੀ ਬਿਕਾਜ਼ ਜੇ ਦੇਖਿਆ ਜਾਏ ਤਾਂ ਪੰਜਾਬੀ ਸਿਨੇਮਾ ਜਾਂ ਪੰਜਾਬ ਵਿੱਚ ਜਿਵੇਂ ਆਰਟ ਹੈ ਪਾਵੇਂ ਲਿਟਰੇਚਰ ਕਲਚਰ this is i mean ایتھے ਉਹ ਉਸ ਤਰ੍ਹਾਂ ਨਹੀਂ ਪ੍ਰੋਗਰੈਸ ਕੀਤਾ ਜਿਵੇਂ ਹੋਰ ਸਟੇਟਸ ਇਚ ਲਾਈਕ ਬੰਗਾਲ ਯਾ ਸਾਊਥ ਇੰਡੀਆ ਮਤਲਬ ایتھے ਉਹ ਫਿਨੈਸ ਹਲੇ ਤੱਕ ਨਹੀਂ ਆ ਰਹੀ ਮਤਲਬ ਵਾਂਸ ਇਨ ਅ ਵਾਈਲ ਦੇ विल ਬੀ ਯੂ نو ਸਬਸਟੈਂਸ਼ੀਅਲ ਫਿਲਮ অর ਸਾਡੀ ਪ੍ਰੋਬਲਮ ਬੇਸਿਕਲੀ ਕੀ ਹੋ ਗਈ ਹੈ ਕਿ ਆਪਣੇ ਪੰਜਾਬ ਚ ਜਿਹੜੇ ਵੀ ਕ੍ਰੀਏਟਿਵ ਬੰਦੇ ਨੇ ਮੈਨੂੰ ਐ ਲੱਗਦਾ ਉਹ ਨਾ ਬੰਬੇ ਚਲੇ ਜਾਂਦੇ ਆ ਤੇ ਪੰਜਾਬੀ ਫਿਲਮਾਂ ਤਾਂ ਹੁਣ ਦੁਬਾਰਾ ਉੱਠੀਆਂ ਨੇ ਹੈਨਾ ਤੇ ਹੁਣ ਜਿਹੜੇ ਬੰਦੇ ਪ੍ਰੋਡਿਊਸਰਜ਼ ਦੇ ਤੌਰ ਤੇ ਆਏ ਨੇ ਦੇ ਹੈਵ ਜਸਟ ਕਮ ਟੂ ਪੁੱਟ देयर ਮਨੀ ਐਂਡ ਟੂ ਔਨ ਬੈਕ ਹਮ ਹਮ ਉਹਨਾਂ ਨੂੰ ਫਿਲਮ ਬਣਾਉਣਾ ਜਾਂ ਸਿਨੇਮਾ ਦੇ ਨਾਲ ਸਰੋਕਾਰ ਉਹਨਾਂ ਦਾ ਥੋੜਾ ਜਿਹਾ ਮੈਨੂੰ ਘੱਟ ਲੱਗਾ ਕਿਉਂਕਿ ਮੈਂ ਕੁਝ ਲੋਕਾਂ ਨਾਲ ਮਿਲਿਆ ਹਾਂ ਬਿਜ਼ਨਸ ਹਾਂਜੀ ਹਾਂਜੀ ਹਮ ਫਿਲਮਾਂ ਬਣਾਉਣ ਲਈ ਸਿਨੇਮਾ ਨੂੰ ਕੁਝ ਕੰਟ੍ਰਿਬਿਊਟ ਕਰਨ ਲਈ ਫਿਲਮਾਂ ਨਹੀਂ ਬਣਾਈਆਂ ਜਾਂਦੀਆਂ ਰਾਈਟ ਯਾ ਕੁਝ ਐਸੇ ਵੀ ਹੈਗੇ ਨੇ ਬੜੇ ਐਂਡ ਆਈ ਥਿੰਕ ਬੋਥ ਵੇਜ਼ ਹੈ ਆਡੀਅנס ਵੀ ਨਹੀਂ ਮੈਚੁਰ ਕੀਤੀ ਜਾਂ ਫਿਰ ਆਡੀਅנס ਨੂੰ ਮਿਲੇ ਹੀ ਨਹੀਂ ਉਹਨਾਂ ਦੀ ਕੋਈ ਚੀਜ਼ ਕਿ ਇਵਾਲਵ ਕਰ ਸਕੇ ਬਟ ਬਟ ਫਿਰ ਦੁਬਾਰਾ ਇਹੀ ਗੱਲ ਹੈ ਕਿ ਇਟ ਟੇਕਸ ਟਾਈਮ ਆਡੀਅנס ਨੂੰ ਵੀ ਸਮਾਂ ਲੱਗੇਗਾ ਇਹੋ ਜੀਆਂ ਚੀਜ਼ਾਂ ਨੂੰ ਐਕਸੈਪਟ ਕਰਨ ਲਈ ਰਾਈਟ ਹੈਨਾ ਕਿਉਂਕਿ ਕਈ ਸਾਲ ਲੱਗ ਜਾਂਦੇ ਆ ਅੱਜ ਹਿੰਦੀ ਫਿਲਮਸ ਨੂੰ 100 ਸਾਲ ਹੋ ਚੁੱਕੇ ਨੇ ਤੇ ਇਟ ਟੇਕਸ ਟਾਈਮ ਪਹਿਲਾਂ ਕਿਹੋ ਜੀਆਂ ਫਿਲਮਾਂ ਬਣਦੀਆਂ ਸੀਗੀਆਂ ਬਿਨਾਂ ਡਾਇਲੌਗਸ ਤੋਂ ਆਈਆਂ ਫਿਰ ਫਿਰ ਕਿੰਨੀਆਂ ਟੈਕਨੀਕਸ ਬਦਲਦੀਆਂ ਗਈਆਂ ਸੋ ਇਟ ਟੇਕਸ ਟਾਈਮ ਟੂ ਯਾ ਟੂ ਯੂ نو ਟੂ ਰੀਚ ਅ ਸਰਟਨ ਲੈਵਲ ਹਾਂ ਫਿਰ ਉਹ ਫਿਰ ਐਵੇਂ ਹੀ ਇਧਰ ਹੋ ਰਿਹਾ ਹੈ ਓਕੇ ਮੈਂ ਬਟ ਬਟ ਮੇਰੀ ਇਹੀ ਸਾਰੇ ਗੁਜ਼ਾਰਿਸ਼ ਰਹਿੰਦੀ ਹੈ ਕਿ ਆਪਾਂ ਫਿਲਮਾਂ ਬਣਾਈਏ ਤਾਂ ਫਿਰ ਸਕ੍ਰਿਪਟ ਚੰਗੀ ਹੋਵੇ ਕੰਮ ਚੰਗਾ ਹੋਵੇ ਉਹਦੇ ਵਿੱਚ ਲੋਕੀ ਪਸੰਦ ਕਰਨਗੇ ਕਿਸੇ ਵੀ ਜਨਰ ਦੀ ਫਿਲਮ ਦੋ ਤੁਸੀਂ ਲੋਕਾਂ ਨੂੰ ਇਟ ਸ਼ੁੱਡ ਬੀ ਅ ਗੁੱਡ ਫਿਲਮ ਪਸੰਦ ਕਰਨਗੇ ਇਨਫੈਕਟ ਇਹ ਤੁਹਾਡੇ ਬਾਰੇ ਅ ਰੈਪਿਊਟੇਸ਼ਨ ਹੈਗੀ ਥੈਟ ਯੂ ਆ ਵਰੇ ਕਮਿਟਿਡ

ਕਰ ਪਾ ਰਹੀ ਹੈ ਵਕਤ ਨੇ ਸਾਥ ਦਿੱਤਾ ਕਿ ਕੰਮ ਮੇਰਾ ਪਸੰਦ ਆ ਲੋਕਾਂ ਨੂੰ ਤਾਂ ਫਿਰ ਇਹ ਹੋਰ ਰਿਸਪਾਂਸਿਬਿਲਟੀ ਭਾਰੀ ਉੱਤੇ ਪਾ ਦਿੰਦਾ ਹੈ ਨਾ ਪਰ ਇਹ ਦਿਸ ਮਸਟ ਬੀ ਕਾਫੀ ਤੁਹਾਨੂੰ ਇਹਦੇ ਲਈ ਸਟਰਗਲ ਕਰਨੀ ਪੈਂਦੀ ਹੈ ਇਜ਼ ਇਟ ਅ ਹਿਊਜ డు ਯੂ ਫਾਈਂਡ ਇਟ ਅ ਹੈਂਡੀਕੈਪ ਇਟ ਡੈਫੀਨਿਟਲੀ ਸਟਰਗਲ ਤਾਂ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਅਜੇ ਵੀ ਪੰਜਾਬ ਦੇ ਵਿੱਚ ਲੋਕੀਏ ਸੋਚਦੇ ਨੇ ਵੀ ਹਰੀਸ਼ ਐਕਟਰ ਹੈ ਪਰ ਮੁੰਡਾ ਗਾਇਕਾ ਨਹੀਂ ਸਿੰਗਰ ਹੀਰੋ ਹੈ ਸਿੰਗਰ ਹੀਰੋ ਹੈ ਐ ਹਰੀਸ਼ ਐਕਟਰ ਹੈ ਸੋ ਮੈਨੂੰ ਇਹ ਮੈਨੂੰ ਇਹ ਸਿੰਗਰ ਹੀਰੋ ਮੈਨੂੰ ਇਹ ਇਕੁਏਸ਼ਨ ਮੈਨੂੰ ਇਹ ਸਟੇਟਮੈਂਟ ਇਹ ਸਮਝ ਲੱਗੀ ਰਾਈਟ ਇਅਰ ਸੋ ਬਸ ਕੁਛ ਹੈ ਕਿ ਹੌਲੀ 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 ਓਵਰ ਦਾ ਟਾਈਮ ਮੈਂਟੈਲਿਟੀ ਇਜ਼ ਚੇਂਜਿੰਗ ਤੇ ਸਾਰਿਆਂ ਨੂੰ ਮੌਕਾ ਮਿਲੇ ਚੰਗਾ ਕੰਮ ਕਰਨ ਸਾਰੇ ਮਿਹਨਤ ਕਰਕੇ ਹੁਣ ਮੈਨੂੰ ਅਕਸਰ ਇਹ ਵੀ ਪੁੱਛਿਆ ਜਾਂਦਾ ਹੈ ਕਿ ਸਿੰਗਰਜ਼ ਫਿਲਮਾਂ ਦੇ ਵਿੱਚ ਆਉਂਦੇ ਪਏ ਹੈ ਹੀਰੋ ਬਣਦੇ ਪਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਬਿਕੋਜ਼ ਆਫ ਸਿੰਗਰਜ਼ ਓਨਲੀ ਸਾਡੀ ਪੰਜਾਬੀ ਸਿਨੇਮਾ ਨੂੰ ਪੋਸ਼ ਮਿਲਿਆ ਉਸ ਤੋਂ ਬਾਅਦ ਕਿਸੇ ਨੂੰ ਵੀ ਹੱਕ ਹੈ ਫਿਲਮਾਂ ਚ ਆਉਣ ਦਾ ਰਾਈਟ ਭਾਵੇਂ ਉਹ ਮੈਡੀਕਲ ਛੋਵੇ ਭਾਵੇਂ ਉਹ ਇੰਜੀਨੀਅਰ ਹੋਵੇ ਭਾਵੇਂ ਉਹ ਮੈਕੈਨਿਕ ਹੋਵੇ ਭਾਵੇਂ ਉਹ ਪੈਂਚਰ ਲਾਉਂਦਾ ਹੋਵੇ ਹਰ ਕੋਈ ਫਿਲਮਾਂ ਚ ਆ ਸਕਦਾ ਹੈ ਕੋਈ ਕੋਈ ਥੀਏਟਰ ਆਰਟਿਸਟ ਨੇ ਜਾਂ ਕਿਸੇ ਹੋਰ ਨੇ ਹੀ ਨਹੀਂ ਲਿਖਵਾ ਕੇ ਲਿਆਂਦਾ ਹੋਇਆ ਕਿ ਮੈਂ ਹੀ ਫਿਲਮਾਂ ਚ ਕੰਮ ਕਰੂੰਗਾ ਬਟ ਹੀ ਸ਼ੂ ਸ਼ੁੱਡ ਬੀ ਪ੍ਰੇਪੇਅਰਡ ਨੂੰ ਆਉਣਾ ਚਾਹੀਦਾ ਤਾਂ ਕਿ ਉਹ ਜਦੋਂ ਆਡੀਅנס ਨੂੰ ਕੰਮ ਦਿਖਾਉਣਗੇ ਉਸ ਤੋਂ ਬਾਅਦ ਆਡੀਅੰਸ ਦਾ ਭਰੋਸਾ ਬਣੇਗਾ ओना दे प्रति, फिल्मा के प्रति सिनेमा प्रति ताइ सिनेमा ग्रो करेगा तो थोड़ा बैकग्राउंड की है एक्टिंग तो ट्रेनिंग ली है? मैं कोई फॉर्मल ट्रेनिंग नहीं ली एक्टिंग मैं आ, आ, मैं थिएटर सरदार गुरशरण सिंह मैं नाइनटी नाइन च थिएटर करना शुरू किया ऑक्टूबर के महीनेस दैन मैं अज तक एक्टिंग ही हाँ तो एक्टिंग का कीड़ा मतलब शुरू तो ਹਾਂਜੀ ਉਹ ਸ਼ੁਰੂ ਤੋਂ ਸੀਗਾ ਜੀ ਮੈਂ ਜਦੋਂ ਟੀਵੀ ਤੇ ਦੇਖਦਾ ਹੁੰਦਾ ਸੀ ਐਕਟਰਸ ਨੂੰ ਗਾਉਂਦੇ ਹੋਏ ਤੇ ਮੈਂ ਜਦੋਂ ਰਜਾਈ ਲਾ ਕੇ ਸਰਦੀਆਂ ਚ ਸੌਂਦਾ ਸੀ ਤਾਂ ਮੇਰੇ ਦਿਮਾਗ ਚੋਂ ਸਾਰੇ ਗਾਣੇ ਚੱਲਦੇ ਹੁੰਦੇ ਸੀਗੇ ਤੇ ਮੈਂ ਉਹਨਾਂ ਚ ਆਪਣੇ ਆਪ ਨੂੰ ਦੇਖਦਾ ਹੁੰਦਾ ਸੀ ਰਾਈਟ ਤੇ ਛੋਟੇ ਹੁੰਦੇ ਤੁਸੀਂ ਕਿਹੋ ਜਿਹੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਸੀ ਛੋਟੇ ਹੁੰਦੇ ਇਸ ਜਦੋਂ ਮੈਂ ਛੋਟਾ ਸੀਗਾ ਉਦੋਂ ਜੀ ਸੀਨੇਮਾ ਤੇ ਅਕਸਰ ਫਿਲਮਾਂ ਹੁੰਦੀਆਂ ਸੈਟ ਮੈਕਸ ਤੇ ਹੁੰਦੀਆਂ ਸੀਗੀਆਂ ਹਾਂਜੀ ਤੇ ਉਹ ਧਰਮਜੀਤ ਹੋਰਾਂ ਦੀਆਂ ਅਮਿਤab ਬਚਨ ਰਾਜੇਸ਼ ਖਾਨ ਹੋਰਾਂ ਦੀਆਂ ਪੁਰਾਣੀਆਂ ਫਿਲਮਸ ਵਿਨੋਦ ਖਾਨਾ ਸਾਹਿਬ ਦੀਆਂ ਉਹ ਜ਼ਿਆਦਾ ਦੇਖੀਆਂ ਨੇ ਮੈਂ ਓਕੇ ਤੇ ਮੈਨੂੰ ਲੱਗਦਾ ਮੈਨੂੰ ਇਹ ਕਹਿੰਦੇ ਆ ਕਿ ਮੇਰੇ ਅੰਦਰ ਨਾ ਮੇਰੇ ਕੰਮ ਦੇ ਅੰਦਰ ਮੇਰੀ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਕਹਿੰਦੇ ਆ ਕਿ ਥੋੜੀ ਡੈਪਥ ਮੇਬੀ ਬਿਕੋਜ਼ ਆਫ ਬਿਕੋਜ਼ ਉਹ ਫੈਕਟਰਸ ਨੇ ਜਿਨ੍ਹਾਂ ਨੂੰ ਮੈਂ ਦੇਖਦਾ ਰਿਹਾ ਮੈਂ ਸਿੱਖਦਾ ਰਿਹਾ ਮੈਂ ਉਧਰੋਂ ਦੀ ਮੇਰੇ ਖਿਆਲ ਹਾਂ ਸਮ ਸੋਰਟ ਆਫ ਇਨਫਲੂਐਂਸ ਹੈ ਜੋ ਹਾਂਜੀ ਹਾਂ ਤੇ ਕਿਹੜੇ ਇਨਫਲੂਐਂਸ ਇਸ ਤੁਹਾਨੂੰ ਲੱਗਦਾ ਤੁਹਾਡੀ ਐਕਟਿੰਗ ਤੇ ਸਭ ਤੋਂ ਜ਼ਿਆਦਾ ਇਨਫਲੂਐਂਸ ਕਿਧਾਰ ਹੈ ਮੇਰੀ ਐਕਟਿੰਗ ਤੇ ਸਭ ਤੋਂ ਜ਼ਿਆਦਾ ਇਨਫਲੂਐਂਸ ਮੇਰੀ ਐਕਟਿੰਗ ਤੇ ਤਾਂ ਮੇਰੇ ਖੁਦ ਦੇ ਐਕਸਪੀਰੀਅੰਸ ਆ ਰਿਹਾ ਹੂੰ ਹੂੰ ਮੇਰੇ ਪਰਸਨਲ ਐਕਸਪੀਰੀਅੰਸ ਦਾ ਔਰ ਮੇਰੇ ਥੀਏਟਰ ਦੇ ਐਕਸਪੀਰੀਅੰਸ ਦਾ ਮੈਂ 99 ਤੋਂ ਲੈ ਕੇ 2008 ਜਦੋਂ ਮੈਂ ਬੰਬਈ ਗਿਆ ਸੀ ਦਸੰਬਰ ਜਦੋਂ ਤੱਕ ਥੀਏਟਰ ਹੀ ਕੀਤਾ ਮੈਂ ਹੋਰ ਕੁਝ ਕੀਤਾ ਹੀ ਨਹੀਂ ਓਕੇ ਹੂੰ ਮਤਲਬ ਇੱਕ ਤਾਂ ਸਾਲ ਆ ਤੇ ਦੂਜਾ ਥੀਏਟਰ ਕੀਤਾ ਅੱਛਾ ਉਹ ਮੈਂ ਮਤਲ ਮਤਲਬ ਹਰ ਕਿਸਮ ਦਾ ਕੈਰੈਕਟਰ ਕੀਤਾ ਬੱਚੇ ਦਾ পাগল ਦਾ ਸ਼ਰਾਬੀ ਦਾ ਬੁੱਢੇ ਦਾ ਕੁੜੀ ਦਾ ਭੰਡ ਦਾ ਕਿਹੜਾ ਕੈਰੈਕਟਰ ਮੇਰੇ ਖਿਆਲ ਹੈ ਜਿਹੜਾ ਨਹੀਂ ਕੀਤਾ ਹੋਗਾ ਮੈਂ ਸਾਰੇ ਕੈਰੈਕਟਰਸ ਕੀਤੇ ਨੇ ਔਰ ਰਿਪੀਟੇਸ਼ਨ ਬਹੁਤ ਕੀਤੀ ਉਹਨਾਂ ਦੀ ਕਿਉਂਕਿ ਮੈਂ ਗੁਰシャンਪਾਈ ਨਾਲ ਥੀਏਟਰ ਕਰਦਾ ਸੀ ਨਾਟਕ ਕਰਦਾ ਸੀ ਤਾਂ ਅਸੀਂ ਪਿੰਡਾਂ ਜਾ ਜਾ ਕੇ ਨਾਟਕ ਕਰਦੇ ਸੀ ਔਰ ਮੈਂ ਪਿੰਡਾਂ ਵਾਲਾ ਨਾਟਕ ਕੀਤਾ ਓਕੇ ਪਿੰਡਾਂ ਵਾਲਾ ਥੀਏਟਰ ਕੀਤਾ ਮੈਂ ਕੋਈ ਫਿਰ ਮੈਂ ਫਿਰ ਮੈਂ ਟੈਗੋਰ ਥੀਏਟਰ ਬੰਬੇ ਮਾਰਸ਼ਸ ਪਾਕਿਸਤਾਨ ਐਨਾ ਜਗ੍ਹਾ ਤੇ ਵੀ ਜਾ ਰਿਹਾ ਕਿ ਵੱਡੇ ਵੱਡੇ ਲੈਵਲ ਦੇ ਪਰਫਾਰਮੈਂਸਿਸ ਨਾਟਕਾਂ ਦੀਆਂ ਕੀਤੀਆਂ ਨੇ ਤੇ ਇਹ ਮੈਨੂੰ ਇਹਨੇ ਸਿਖਾਇਆ ਪਰ ਮੈਨੂੰ ਗੁਰਸ਼ਰਨ ਭਾਈ ਨੇ ਬੋਲਣਾ ਸਿਖਾਇਆ ਮੈਨੂੰ ਅੱਜ ਇਹ ਵੀ ਕਹਿੰਦੇ ਲੋਕੀ ਵੀ ਮੇਰੀ ਮੈਂ ਪੰਜਾਬੀ ਠੀਕ ਬੋਲਦਾ ਹਾਂ 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 ਹਾਲਾਂਕਿ ਮੈਂ ਸੱਚੀ ਦੱਸਾਂ ਤਾਂ ਮੇਰੇ ਮੇਰੇ ਸਰਕਲ 'ਚ ਪੰਜਾਬੀ ਠੀਕ ਨਹੀਂ ਬੋਲਦੇ ਓਕੇ ਬਟ ਬਿਕੋਜ਼ ਆਫ تھیਟਰ ਓਨਲੀ ਮੈਂ ਸਮਝ ਪਾਇਆ ਕਿ ਪੰਜਾਬੀ

ਮੈਂ ਚੰਡੀਗੜ੍ਹ ਤੋਂ ਬੱਸ ਫੜਦਾ ਸੀ ਤੇ ਮੈਂ ਖਰੜ ਜਾਂ ਰੋਪੜ ਚਲਾ ਜਾਂਦਾ ਸੀ ਬੱਸ ਬੈਠੇ ਬੈਠੇ ਹਮਮ ਔਰ ਮੈਂ ਬੱਸ ਅੱਡੇ ਤੇ ਉਤਰ ਕੇ ਆ ਮੈਂ ਮੈਂ ਅਬ ਜ਼ਬਜ਼ਰਵ ਕਰਦਾ ਸੀ ਲੋਕਾਂ ਨੂੰ ਓਕੇ ਹਾਊ ਡੂ ਦੇ ਐਕਟ ਹਾਊ ਡੂ ਦੇ ਆਈ ਮੀਨ ਰੀਐਕਟ ਬਿਹੇਵ ਹਮ ਉਹ ਚੀਜ਼ਾਂ ਨੇ ਮੈਨੂੰ ਹਲਪ ਕੀਤਾ ਓਕੇ ਐਂਡ ਬਟ ਬਟ ਮੈਂ ਫੇਰ ਕਹਿਣਾ ਚਾਹੂੰਗਾ ਜੇ ਬਹੁਤ ਦੂਰ ਜਾਣਾ ਹੈ ਤੇ ਬਹੁਤ ਕੁਝ ਅਚੀਵ ਕਰਨਾ ਇਹ ਤਾਂ ਮੈਨੂੰ ਲੱਗਦਾ ਨਹੀਂ ਪਤਾ ਨਹੀਂ ਲੋਕਾਂ ਨੂੰ ਪਸੰਦ ਆ ਗਿਆ ਕੰਮ ਮੈਨੂੰ ਤਾਂ ਐ ਲੱਗਦਾ ਪਤਾ ਨਹੀਂ ਯਾਰ ਮੈਂ ਤਾਂ ਕੀ ਕਰਦਾ ਪੈਨ ਪੀਪਲ ਆਰ ਲਾਈਕਿੰਗ ਸੋ ਇਟਸ ਰੀਅਲੀ ਆਮ ਆਮ ਫੀਲਿੰਗ ਬlesਸ ਲੱਗਦਾ ਹੈ ਕਿ ਤੁਹਾਨੂੰ ਐਸ ਸਿንስ ਯੂ ਬਿਕਮ ਐਨ ਐਕਟਰ ਕੋਈ ਹੋਰ ਵੀ ਤੁਹਾਡੇ ਪਰਸਨਿਟੀ ਚ ਚੇਂजेस ਆਈਆਂ ਬਿਕਾਜ਼ ਆਫ ਬੀਗਨ ਐਕਟਰ ਹਾਂਜੀ ਡੈਫੀਨਿਟਲੀ ਆਉਂਦੀਆਂ ਨੇ ਵਾਟ ਕਾਈਂਡ ਆਫ ਚੇਂजेस ਬਟ ਮੇਰੇ ਕੈਰੈਕਟਰ ਚ ਚੇਂजेस ਨਹੀਂ ਆਈਆਂ ਓਕੇ ਹਮ ਹਮ ਮੇਰੇ ਬਿਹੇਵੀਅਰ ਚ ਭਾਵੇਂ ਆਗੀਆਂ ਹੂੰ ਹਮ ਹਮ ਕਿਉਂਕਿ ਜੋ ਬੇਸਿਕ ਮਸਕਿਆ ਉਹੀ ਮੈਂ ਯੂਜ਼ ਕਰਦਾ ਕਈ ਲੋਕਾਂ ਨੂੰ ਉਹ ਚੰਗਾ ਲੱਗਦਾ ਕਈਆਂ ਨੂੰ ਨਹੀਂ ਲੱਗਦਾ ਉਹ ਇਹ ਹੈ ਕਿ ਜਦੋਂ ਮੈਨੂੰ ਕੋਈ ਚੀਜ਼ ਠੀਕ ਲੱਗਦੀ ਹੈ ਮੈਂ ਉਸਨੂੰ ਐਪਰੀਸ਼ੀਏਟ ਕਰਦਾ ਜਦੋਂ ਨਹੀਂ ਲੱਗਦੀ ਫਿਰ ਮੈਂ ਕਹਿ ਦਿੰਦਾ ਤੇ ਜਦੋਂ ਮੈਂ ਕਹਿ ਦਿੰਦਾ ਉਹ ਲੋਕਾਂ ਨੂੰ ਫਿਰ ਬੁਰਾ ਲੱਗਦਾ ਤੇ ਉਹ ਮੇਰਾ ਕੈਰੈਕਟਰ ਹੈ ਮੇਰਾ ਬਿਹੇਵੀਅਰ ਇਹ ਹੈ ਕਿ ਹੁਣ ਮੈਂ ਬਿਹੇਵੀਅਰ ਫਿਰ ਚੇਂਜ ਹੋ ਹੀ ਜਾਂਦਾ ਜਦੋਂ ਤੁਹਾਨੂੰ ਥੋੜਾ ਬਹੁਤ ਲੋਕੀ ਪਸੰਦ ਕਰਦੇ ਆ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਇਹ ਹੋਇਆ ਸੀਗਾ ਕਿ ਯਾਰ ਲੋਕੀ ਪਸੰਦ ਕਰਦੇ ਆ ਯਾਰ ਪਸੰਦ ਕਰਦੇ ਆ ਫੋਟੋ ਚਾਹੁੰਦੇ ਆ ਵੈਰੀ ਗੁੱਡ ਮੈਂ ਬੜਾ ਹੱਸ ਕੇ ਹੈਨਾ ਇਹ ਹੁਣ ਇਹ ਹੋ ਗਿਆ ਕਿ ਮੈਂ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਨਾਲ ਮਿਸ ਬਿਹੇਵ ਨਾ ਹੋ ਜਵੇ ਜਾਂ ਕੋਈ ਮੈਂ ਹੁਣ ਇੱਕ ਛੋਟਾ ਜਿਹਾ ਐਨਸੀਡੈਂਟ ਦੱਸਦਾ ਮੈਂ ਇੱਥੇ ਕਹਿਣਾ ਵੀ ਚਾਹੂੰਗਾ ਉਹਨਾਂ ਨੇ ਮੈਨੂੰ ਵੱਡਾ ਸਾਰਾ ਲਿਖ ਕੇ ਭੇਜਿਆ ਸੀਗਾ ਆਰਐਸਵੀਪੀ ਦੀ ਸ਼ੂਟਿੰਗ ਤੇ ਕੋਈ ਪੰਜ ਛੇ ਕੁੜੀਆਂ ਮੁੰਡੇ ਹੋਣਗੇ ਉਹਨਾਂ ਨੇ ਫੋਟੋਆਂ ਖਿਚਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਨਾਲ ਜਿਹੜੇ ਬਾਉਂਸਰ ਸੀਗੇ ਉਹਨਾਂ ਨੇ ਪਾਸੇ ਕਰਤਾ ਉਹਨਾਂ ਨੂੰ ਧੱਕੇ ਮਾਰ ਕੇ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਉਹਨਾਂ ਨੇ ਮੈਨੂੰ ਵੱਡਾ ਸਾਰਾ ਚੱਠਾ ਲਿਖ ਕੇ ਭੇਜਿਆ ਕਿ ਤੁਹਾਨੂੰ ਪਸੰਦ ਕਰਦੇ ਆ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਕੁਝ ਵੀ ਸਾਡੇ ਨਾਲ ਬਿਹੇਵ ਕਰੋਗੇ ਬਟ ਉਹ ਬਿਹੇਵ ਮੈਂ ਨਹੀਂ ਕੀਤਾ ਉਹਨਾਂ ਨੇ ਬਾਉਂਸਰਸ ਨੇ ਕੀਤਾ ਹੋਣਾ ਜਿਹੜੀ ਉਹਨਾਂ ਦੀ ਡਿਊਟੀ ਹੈ ਬਟ ਮੈਂ ਉਹਨਾਂ ਨੂੰ ਕਹਿੰਦਾ ਰਹਿਣਾ ਕਿ ਤੁਸੀਂ ਇਸ ਤਰੀਕੇ ਨਾਲ ਨਹੀਂ ਬਿਹੇਵ ਕਰਨਾ ਕਿਸੇ ਦੇ ਨਾਲ ਵੀ ਰੂਡਲੀ ਬਿਹੇਵ ਨਾ ਕਰਿਓ ਤਾਂ ਫਿਰ ਉਹ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹ ਫੋਟੋ ਖਿਚਾਉਣਾ ਚਾਹੁੰਦੇ ਸੀ ਮਿਲਣਾ ਚਾਹੁੰਦੇ ਸੀ ਕਿ ਤੇ ਉਹਨਾਂ ਨੂੰ ਐਦਾਂ ਲੱਗਾ ਹੁਣ ਮੇਰਾ ਬਿਹੇਵੀਅਰ ਇੱਥੇ ਉਹਨਾਂ ਦੇ ਲਈ ਕਿਹੋ ਜਿਹਾ ਬਣ ਗਿਆ ਹਾਲਾਂਕਿ ਮੈਂ ਇਹੋ ਜਿਹਾ ਕੁਝ ਮੇਜ ਹਰਜਨ ਹਰੀਸ਼ ਬਿਹੇਵ ਕਰਦਾ ਅਸਲ ਚ ਉਹੋ ਜਿਹਾ ਹੀ ਚਾਹੁੰਦਾ ਹੁਣ ਵੀ ਤੇ ਇਹੋ ਜਿਹਾ ਹੀ ਹੁੰਦਾ ਰਹੂਗਾ ਪਰ ਤੁਹਾਨੂੰ ਡਰ ਨਹੀਂ ਲੱਗਦਾ ਜਿਵੇਂ ਇੱਕਦਮ ਇੰਨੀ ਸਾਰੀ ਐਡੂਲੇਸ਼ਨ ਇੰਨੇ ਲੋਕੀ ਪਸੰਦ ਕਰਦੇ ਆ ਤੇ ਆਈ ਮੀਨ ਇਟਸ ਇਟਸ ਵੈਰੀ ਸਕੈਰੀ ਦਿਸ ਹੋਲ ਇੰਡਸਟਰੀ ਜੀ ਆਈ ਆਫਨ ਵੰਡਰ ਕਿ ਇੱਕ ਦਿਨ ਤੁਸੀਂ ਯੂ نو ਹੀਰੋ ਅਗਲੇ ਦਿਨ ਇੱਕ ਫਿਲਮ ਫਲॉप ਗਈ ਤੇ ਲੋਕਾਂ ਨੇ ਪਛਾਣਨਾ ਨਹੀਂ ਤੇ ਦਸਟ ਸਕੈਰੀਓ ਆਈ ਮੀਨ ਬਟ ਆ ਹੈਵ ਬੀਨ ਲੱਕੀ ਮੇਰੇ ਮੇਰਾ ਮੇਰੇ ਖਿਆਲ ਯਾਰ ਅਨਮੁਲੇ Uh, तो बाद मैं फेम हासिल किया पेल्ला बस मेरा सीरियल सीरीयल आंसर ना आने ना से उस मैंने लोग देखते सी, पसंद करते बॉम्बे च इवन मेरे फोटा खिंचा जाते मेरे लिए शुरुआत सी फिर यार मुले तो मैं फेम आया उस तो बाद अज मेरिया फिल्मा कुछ चलिया भी कुछ एवरेज रही कुछ शायद ना पसंद कितिया हूँ लोगों ने ਬਟ ਮੇਰੇ ਖਿਆਲ ਚ ਮੈਂ ਲੱਕੀ ਰਿਹਾ ਕਿ ਲੋਕੀ ਇਹ ਨਹੀਂ ਕਹਿੰਦਾ ਕੋਈ ਵੀ ਕਿ ਤੈਨੂੰ ਕੰਮ ਨਹੀਂ ਹੁੰਦਾ ਜਾਂ ਤੂੰ ਬੂਰਾ ਕੰਮ ਕਰਦਾ ਹੂੰ ਕਈ ਵਾਰੀ ਕੀ ਹੁੰਦਾ ਨਾ ਹੁਣ ਵਿਚਾਰੇ ਐਕਟਰ ਦੀ ਇਹ ਨਹੀਂ ਪ੍ਰੋਬਲਮ ਮਤਲਬ ਐਕਟਰ ਦੀ ਇਹ ਮਜਬੂਰੀ ਹੁੰਦੀ ਹੈ ਕਹਿ ਲਓ ਕਿ ਜੇ ਫਿਲਮ ਨਾ ਚੱਲੇ ਤਾਂ ਉਹਨੂੰ ਬਰਦਾਸ਼ਤ ਕਰਨਾ ਪੈਂਦਾ ਉਹ ਸਭ ਕੁਝ ਰਾਈਟ ਯੈਸ ਜਨਰਲੀ ਐਕਟਰ ਹੀ ਨਹੀਂ ਜ਼ਿੰਮੇਵਾਰ ਹੁੰਦਾ ਕਿਸੇ ਵੀ ਫਿਲਮ ਨੂੰ ਚੱਲਣ ਜਾਂ ਨਾ ਚੱਲਣ ਦੇ ਪਿੱਛੇ ਕਈ ਸਾਰੇ ਫੈਕਟਰਸ ਹੁੰਦੇ ਹੈ ਤਾਂ ਵੈਸੇ ਵੀ ਟੀਮ ਵਰਕ ਹੈ ਬਟ ਸਿਰਫ ਹੈ ਕਿ ਐਕਟਰ ਇਜ਼ ਆਲਮੋਸਟ ਲਾਈਕ ਦ ਫੇਸ ਆਫ ਅ ਫਿਲਮ ਕਿਉਂਕਿ ਦਿਖਦਾ ਤਾਂ ਕਰਕੇ ਕਹਿ ਜਾਂਦਾ ਉਹਦੀ ਫਿਲਮ ਫਲॉप ਹੋ ਗਈ ਉਹਦੀ ਫਿਲਮ ਚੱਲ ਗਈ ਤਾਂ ਮੈਂ ਇਸ ਮਾਮਲੇ ਚ ਲੱਕੀ ਰਿਹਾ ਕਿ ਮੈਨੂੰ ਲੋਕਾਂ ਨੇ ਪਸੰਦ ਕੀਤਾ ਮੇਰੇ ਕੰਮ ਨੂੰ ਪਸੰਦ ਕੀਤਾ ਤਾਂ ਮੇਰੀ ਜੇ ਫਿਲਮ ਕੋਈ ਨਈ ਵੀ ਚੱਲੀ ਜਾਂ ਕੋਈ ਬਹੁਤ ਜ਼ਿਆਦਾ ਚੱਲੀ ਹੈ ਤਾਂ ਲੋਕਾਂ ਨੇ ਇਹ ਗੱਲ ਨਜ਼ਰਅੰਦਾਜ਼ ਕਰਕੇ ਇਹੀ ਕਿਹਾ ਕਿ ਯਾਰ ਕੰਮ ਚੰਗਾ ਕਰਦਾ ਰਾਈਟ ਤੇ ਅਗੇਨ ਯਾ ਫਿਲਮ ਸਭ ਤੋਂ ਜ਼ਿਆਦਾ ਸੈਟੀਸਫੈਕਸ਼ਨ ਕਿਵੇਂ ਮਿਲਦੀ ਹੈ ਜਦੋਂ ਤੁਹਾਨੂੰ ਕ੍ਰਿਟਿਕਸ ਅਪਰੀਸ਼ੀਏਟ ਕਰਦੇ ਹੈ ਜਾਂ ਕਦੇ ਅਵਾਰਡ ਮਿਲਦਾ ਹੈ ਜਾਂ ਬਾਕਸ ਆਫਿਸ ਸਕਸੈਸ ਸਾਰੀਆਂ ਚੀਜ਼ਾਂ ਰਾਈਟ ਸਾਰੀਆਂ ਚੀਜ਼ਾਂ ਮਤਲਬ ਸੈਟੀਸਫਾਈ ਕਰਦੀਆਂ ਜਿਵੇਂ ਹੁਣ ਕ੍ਰਿਟਿਕਸ ਕਈ ਵਾਰੀ ਕਈ ਵਾਰੀ ਬੜੇ ਸੂਝਵਾਨ ਬੰਦੇ ਜਿਹੜੇ ਕਿ ਮਾਈਨਿਊਟ ਚੀਜ਼ਾਂ ਵੀ ਦੇਖਦੇ ਉਹ ਵੀ ਕਹਿੰਦੇ ਹੈ ਕਿ ਯਾਰ ਤੂੰ ਜੋ ਉਹ ਕਰਦਾ ਹੈ ਜੋ ਇਹ ਕਰਦਾ ਹੈ ਉਹ ਬੜਾ ਅੱਛਾ ਹੁੰਦਾ ਹੈ ਉਹ ਕੈਰੈਕਟਰਸ ਨੂੰ ਕੈਰੈਕਟਰ ਨੂੰ ਤੇਰੇ ਨੂੰ ਲੈ ਜਾਂਦਾ ਹੈ ਮਤਲਬ ਇੱਕ ਰਾਈਟ ਇੱਕ ਜਗਾ ਇਜ਼ ਇਟ ਸੰਬੀਡਨ ਪਰਟੀਕੂਲਰ ਲਾਈਕ ਜਿਹਦਾ ਕੰਪਲੀਮੈਂਟ ਜਾਂ ਜਿਹਦੀ ਅਪਰੀਸ਼ੀਏਸ਼ਨ ਤੁਸੀਂ ਬਹੁਤ ਵੈਲਿਊ ਕਰਦੇ ਹੋ ਕਿ ਜਿਹ ਫਲਾਣਾ ਬੰਦਾ ਕਹੇ ਤਾਂ which means you know it's superb ਜੇ ਕੋਈ ਜੇ ਕੋ ਕਵੇ ਹੂੰ ਕੋਈ ਏਦਾਂ ਦਾ ਇਜ਼ ਇਟ ਐਨੀਬਡੀ ਯੂ ਲੁੱਕ ਅਪ ਟੂ ਫਿਰ ਉਹ ਹੁਣ ਧਰਤੀ ਤੇ ਰਹੇ ਨਹੀਂ ਸਰਦਾਰ ਗੁਰਸਰਨ ਸਿੰਘ ওকে ਉਹ ਉਹਨਾਂ ਦੇ ਮੂੰਹੋਂ ਮੈਂ ਸੁਣਨਾ ਸੀ ਉਹ ਉਹ ਉਹਨਾਂ ਨੇ ਕਦੇ ਮੇਰੇ ਮੂੰਹ ਤੇ ਨਹੀਂ ਕਿਹਾ ਪਰ ਮੈਨੂੰ ਸੁਣਨ ਨੂੰ ਜ਼ਰੂਰ ਮਿਲਦਾ ਸੀਗਾ ਕਿ ਉਹ ਕਹਿੰਦੇ ਨੇ ਉਹਨੇ ਇਹ ਸੁਧਰ ਗਿਆ ਏ ਇਹਨੂੰ ਜਾਚ ਆ ਗਈ ਹੈ ਕਿਉਂਕਿ ਉਹਨਾਂ ਦੀ ਆਵਾਜ਼ ਬੜੀ ਪਾਰੀ ਸੀ ਕਿ ਤੋ ਵੈ ਨਹੀਂ ਬੋਲਦੇ ਸੀ ਇਹਨੂੰ ਜਾਚ ਆ ਗਈ ਹੈ ਉਹਨੇ ਇਹ ਸੁਧਰ ਗਿਆ ਹੈ ਇਹਨੂੰ ਪਤਾ ਲੱਗ ਗਿਆ ਹੈ ਕਿ ਕਿਵੇਂ ਬੋਲਣਾ ਹੈ ਕਿਵੇਂ ਦੇਖਣਾ ਹੈ ਕਿਵੇਂ ਚੱਲਣਾ ਹੈ ਮੈਨੂੰ ਉਹ ਸਾਰੀ ਟੀਮ ਚੋਂ ਮੈਨੂੰ ਕਹਿੰਦੇ ਹੁੰਦੇ ਸੀਗੇ ਗੁਰਚਰਨ ਭਾਜੀ ਕਿ ਤੂੰ ਆਪਣੀਆਂ ਫੋਟੋਜ਼ ਤਿਆਰ ਕਰਵਾ ਤੇ ਬੰਬੇ ਦੇ ਉਹਨਾਂ ਲੋਕਾਂ ਨੂੰ

ਕਵਤਾ ਲਿਖਿਆ ਮੈਂ ਕਈ ਸਾਰੀਆਂ ਲਿਖੀਆਂ ਨੇ ਕਵਤਾਵਾਂ ਕੋਈ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ ਮੈਂ ਜ਼ਰੂਰ ਸਾਂਝੀ ਕਰ ਦੰਨਾ ਅ ਪਹਿਲਾ ਮੈਂ ਉਸ ਤੋਂ ਇੱਕ ਉਸ ਤੋਂ ਪਹਿਲਾ ਮੈਂ ਇੱਕ ਕਵਿਤਾ ਸੁਣਾਉਣਾ ਚਾਹੁੰਗਾ ਜਿਹੜੀਆਂ ਜਿਹੜੀ ਕਿ ਸਾਰੀਆਂ ਲਈ ਹੈ ਉਹ ਹੈ ਪਾਲਨੇ ਅਤੀਤ ਦੇ ਜੋ ਯਾਦਾਂ ਵਿੱਚ ਸਾਂਭ ਰੱਖੀਂ ਸਜਰੀ ਸਵੇਰ ਦੀ ਵੀ ਹਰ ਵੇਲੇ ਤਾਂਗ ਰੱਖੀਂ ਸੁਖ ਮਾਣੀ ਜ਼ਿੰਦਗੀ ਦੇ ਖੁਸ਼ ਰਹੀਂ ਹਰ ਵੇਲੇ ਭੁੱਲੀ ਨਾ ਪਰ ਔਖੀ ਘੜੀ ਸਮੇਂ ਨਾਲ ਵੀ ਸਾਂਝ ਰੱਖੀਂ ਹੋ ਜਾਵੇ ਜੇ ਸੋਚ ਹਾਵੀ ਰਾਕਸ਼ੀ ਖਿਆਲਾਂ ਵਾਲੀ ਦਿਲੋਂ ਸੁੱਚਾ ਸਾਫ਼ ਹੋ ਕੇ ਰੂਹ ਰਾਣੀ ਨੂੰ ਮਾਂਜ ਰੱਖੀ ਫੁੱਟੇ ਜਸਤੇ ਵੇਲ ਕਾਲੇ ਰਾਕਸ਼ੀ ਖਿਆਲਾਂ ਵਾਲੀ ਫੁੱਟੇ ਜਸਤੇ ਵੇਲ ਕਾਲੇ ਰਾਕਸ਼ੀ ਖਿਆਲਾਂ ਵਾਲੀ ਮਿੱਟੀ ਉਸ ਮਾਰੂਥਲੀ ਨੂੰ ਹਰ ਵੇਲੇ ਬਾਂਜ ਰੱਖੀ ਐਦਰ ਉਦਰ ਹੋ ਗਈ ਕੱਦੀ ਲਾਈਨ ਬਟ ਇਹੋ ਜਿਹਾ ਕੁਝ ਲਿਖਿਆ ਹੋਇਆ ਹੈ ਮੈਂ ਤੇ ਜਿਹੜੀ ਮੈਂ ਕਵਿਤਾ ਲਿਖੀ ਸੀਗੀ ਬੰਬੇ ਬਿਊਟੀਫੁਲ ਦਾ ਮੀਨਿੰਗ ਬੰਬੇ 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 ਬੈਠਾ ਸੀ ਮੈਂ ਉਦੋਂ ਮੈਂ ਲਿਖੀ ਸੀ ਉਹ ਸੀਗੀ ਕਿ ਮਾ ਨੂੰ ਅ ਪਛਦਾ ਕਿ ਮੈਂ ਤੂੰ ਕਿਹਾ ਪੁੱਤ ਜੰਮਿਆ ਜਿਹੜਾ ਕੰਪਿਊਟਰ ਦੇ ਯੁੱਗ ਚ ਵੀ ਮਿੱਟੀ ਦੀ ਗੱਲ ਕਰਦਾ ਹੈ ਜਿਹੜਾ ਦਿਮਾਗ ਦੇ ਮਸਲੇ ਵੀ ਦਿਲ ਨਾਲ ਹੱਲ ਕਰਦਾ ਹੈ ਜਿਹੜਾ ਖੁਸ਼ੀ ਮਿਲਣ ਤੇ ਰੋ ਪੈਂਦਾ ਹੈ ਜਿਹੜਾ ਹੱਸ ਹੱਸ ਕੇ ਫਟ ਜਾਂਦਾ ਹੈ ਜਿਹਦੀ ਜ਼ਾਤ ਨਾ ਬੰਦਿਆਂ ਵਾਲੀ ਹੈ ਸ਼ਬਦਾਂ ਨਾਲ ਯਾਰੀ ਰੱਖਦਾ ਹੈ ਜਿਹਦੀ ਸਾਹ ਹੈ ਪੰਛੀਆਂ ਬੂਟਿਆਂ ਨਾਲ ਪਰ ਬੰਦਿਆਂ ਕੋਲੋਂ ਡਰਦਾ ਹੈ ਮੈਂ ਤੂੰ ਕਿਹਾ ਪੁੱਤ ਜੰਮਿਆ ਉੱਚੀ ਸੋਚ ਨੂੰ ਜੁਗ ਨੂੰ ਮੰਨਦਾ ਐ ਇਸ ਜੁਗ ਨੂੰ ਨਾਲ ਰਾਹ ਲੱਭਦਾ ਐ ਇਹ ਉਹਨਾਂ ਸਭਨਾਂ ਦਾ ਹਮਾਇਤੀ ਐ ਜਿਨ੍ਹਾਂ ਵਿੱਚ ਇਹ ਜੁਗ ਨੂੰ ਜਗਦਾ ਕਿਤੋਂ ਸੁਣ ਲਿਆ ਉਸੇ ਕਿ ਖਲੋਣਾ ਨਹੀਂ ਖੜੇ ਪਾਣੀਆਂ ਵਿੱਚ ਪੈ ਮੁਸ਼ਕ ਜਾਂਦੀ ਐ ਐਸੇ ਮੁਸ਼ਕ ਤੋਂ ਬਚਦਾ ਬਚਦਾਓ ਬਸ ਵਗਦਾ ਬਸ ਵਗਦਾ ਮੈਂ ਤੂੰ ਕਿਹਾ ਪੁੱਤ ਜੰਮਿਆ ਇਸ ਕਬੀ ਦੁਨੀਆ ਦੇ ਖੇਖਣ ਉਹਦੀ ਅਕਲ ਸਮਝ ਵਿੱਚ ਆਉਂਦੇ ਨਾ ਹਰ ਪਾਸੇ ਇੱਕ ਰਮਾਇਣ ਹੋਰ ਦਿਸਦੀ ਹਰ ਪਾਸੇ ਮਹਾਭਾਰਤ ਤੱਕਦਾ ਹੈ ਹਰ ਕੋਈ ਮਿੱਧ ਦਾ ਸਿਰ ਦੂਜੇ ਦਾ ਵਿੱਚ ਇਹ ਵੀ ਸ਼ਰਜੰਤਰਾਂ ਫਸਦਾ ਹੈ ਕਦੇ ਚੁੱਪ ਰਹਿੰਦਾ ਹੈ ਕਦੇ ਰੋ ਲੈਂਦਾ ਹੈ ਕਦੇ ਉੱਚੀ ਉੱਚੀ ਹੱਸਦਾ ਹੈ ਮੈਂ ਤੂੰ ਕਿਹਾ ਪੁੱਤ ਜੰਮਿਆ ਮੈਂ ਤੂੰ ਕਿਹਾ ਪੁੱਤ ਜੰਮਿਆ ਸੋ ਐਵੇਂ ਦੇ ਕੁਛ ਕੁਸ਼ ਵੰਡਰਫੁਲ ਵਰਡਸ ਲਿਖਤਾ ਰਹੇ ਤੇ ਇਹ ਤੁਸੀਂ ਸ਼ੇਅਰ ਕੀਤੀ ਸੀ ਆਪਣੀ ਮਦਰ ਨਾਲ ਮੈਂ ਨਹੀਂ ਕੀਤੀ ਓਕੇ ਮੈਂ ਨਹੀਂ ਕੀਤੀ ਵਾਈ ਬਸ ਕਦੇ ਜਦੋਂ ਮੰਮੀ ਨੂੰ ਮਿਲਦਾ ਆ ਉਦੋਂ ਇਹੋ ਜਿਹਾ ਮੌਕਾ ਨਹੀਂ ਮਿਲਿਆ ਤੇ ਉਹ ਇਨహిਬਿਸ਼ਨ ਪੇਰੈਂਟਸ ਦੇ ਨਹੀਂ ਫ੍ਰੀਡਮ ਮੈਂ ਨਾਲ ਮੈਂ ਕਰਦਾ ਮੰਮੀ ਮੈਂ ਮੈਂ

ਕਿਉਂਕਿ ਉਹ ਕੈਰੈਕਟਰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਜੱਟ ਟਿੰਕਾ ਤਾਂ ਹਾਂ ਹੀ ਉਹ 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 ਕੱਪੜੇ ਪਾ ਕੇ ਜਾਰੀਆਂ ਫਿਲਮਾਂ ਕਰਨੀਆਂ ਨੇ ਪਰਸਨਲ ਤੁਹਾਡਾ ਕਿਹੜਾ ਕਿਰਦਾਰ ਤੁਹਾਨੂੰ ਸਭ ਤੋਂ ਜ਼ਿਆਦਾ ਕਲੋਜ਼ ਹੈ ਜਿੰਨੇ ਤੁਸੀਂ ਕੀਤੇ ਅਜ ਤੱਕ ਸਭ ਤੋਂ ਜ਼ਿਆਦਾ ਮੇਰੇ ਕਲੋਜ਼ ਕਿਰਦਾਰ ਹੈ ਜਿਹੜਾ ਉਹ ਹੈਗਾ ਆ ਆਰਐਸਵੀਪੀ ਫਿਲਮ ਚ ਜਿਹੜਾ ਰਣਵੀਰ ਸਿੰਘ ਦਾ ਕੈਰੈਕਟਰ ਓਕੇ ਉਹ ਸਭ ਤੋਂ ਜ਼ਿਆਦਾ ਕੁਝ ਮਤਲਬ ਉਹ ਹੈ ਜਈ ਕੁਝ ਹੈ ਮੇਰੇ ਅੰਦਰ ਵੀ That is that honest uh, guy. Okay. Yeah, hmm. That uh, jada bahut zyada care karta है, respect karta hai Genuine and simple. हाँ, genuine. Yeah. मैं अगर किसी नल कुछ भी कुछ भी मेरा reaction होता है ना, उससे फ़ोर्स से दे behaviour करके होता है. Okay. Hmm. Otherwise मेरा मैं बड़ा neutral का संदर्भ बनता. So th that that comes closest to the real life uh, Harish also. Yeah. Okay. आई एम sure, श्योर uh, कुड़िया जानना चाहनगिया इज हरीश वर्मा सिंगल ये कुड़िया क्यों जानना चाहनगिया क्यों नहीं जानना <laughs> तो क्यों, क्यों जाते टाइम का ठीक <laughs> <laughs> है।, <laughs> है मैं मैं हाफ सिंगल हां <laughs> हाफ सिंगल है <laughs> हां ओके ते कोई थोड़ा फेवरेट डायलॉग मेरा फेवरेट डायलॉग मेरे फेवरेट डायल मेरे फेवरेट डायलॉग का नहीं मतलब रह जाता मैं लोगों का जो फेवरेट है वह दस दिना ओके सत श्रीकाल माई सल्फ खड़ग शेर सिंह पेंड भूंदड़ी राखना बसिया तहसील चक्रो जिला लुधियाना की हाल चाल ने दोस्तों सही वाइट ठीक है तो एक होर आर एस वी पी का बहुत पसंद किया लोगों ने कहते सू जो कोई चाहता तो पूरा चाहिए नहीं कुछ नहीं चाहिए था। बड़ा पसंद किया डायलॉग है ये भी लोग बड़ा इंजॉय करके बोलते रहे हैं जो भी मैं कितने स्टेज पर जाता तो पिछली आवाज़ आती है सू कोई चाहिए पूरा चाहिए जिन्होंने तो सी काम किया होना चाहिए सब तो ज़्यादा मज़ा था नो कितना कोई है, है बस है। ये व्राज हंस ये व्राज हंस डेफिनेटली दी पाना नॉन ली जिधर नल मेरी रू जुड़ी हुई है ओके आई लव हिम ओके वैसे मेरे होरा नल भी मज़ा होता सब दिन नल बट तो सी एक पूछे हैं ना राइट Did you think uh, off-screen equation is also very important for on-screen chemistry, on-screen vibing? Uh, it depends. Okay. जब तो ਜਾਟ ਆ ਜਾਂਦੀ ਹੈ ਹਮਮ ਕੰਮ ਕਰਨ ਦੀ ਫਿਰ ਮੈਨੂੰ ਲੱਗਦਾ ਹੈ ਕਿ ਜੇ ਸਾਹਮਣੇ ਵਾਲੇ ਸਾਹਮਣੇ ਵਾਲਾ ਤੁਹਾਡੇ ਨਾਲ ਨਹੀਂ ਜੁੜ ਵੀ ਪਾਇਆ ਬਟ ਇਫ ਯੂ ਡੂ ਯਰ ਵਰਕ ਪ੍ਰੋਪਰਲੀ ਤਾਂ ਫਿਰ ਥੈਟ ਸ਼ੋਸ ਅੱਛਾ ਲੱਗਦਾ ਉਹ ਦੇਖ ਕੇ ਹਾਂ ਬਟ ਜੇ ਕੈਮਿਸਟਰੀ ਬਣ ਜਾਏ ਫਿਰ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਤੇ ਹੋਰ ਕਿਹੜੇ ਡ੍ਰੀम्स ਕਿਹੜੀ ਖੁਆਇਸ਼ਾਂ ਹਲੇ ਹੈ ਗਿਆ ਮੇਰੀ ਖੁਆਇਸ਼ ਇਹ ਹੈ ਕਿ ਮੈਂ जा एक जे कलाकार के नाते कि जो सब कुछ जानता है ही शुड बी नोइंग हाउ टू सिंग ही शुड भी नोइंग हाउ टू राइट ही शुड भी नोइंग हाउ टू एक्ट हाउ टू डांस हाउ टू मतलब एंटरटेन पीपल बेसिकली होंगे जी मैं थोड़ा दसना चाहूंगा कि मैं ये सोचता है कि इतना ਐਕਟਰ ਸਿੰਗਰ ਮੈਜੀਸ਼ੀਅਨ ਟੈਕਨੀਸ਼ੀਅਨ ਜਾਂ ਕੁਝ ਨਹੀਂ ਹੈ ਬੇਸਿਕਲੀ ਐਂਟਰਟੇਨਰ ਹੈ ਮੈਨੂੰ ਲੱਗਦਾ ਜਦੋਂ ਤੁਸੀਂ ਇਸ ਫੀਲਡ ਚ ਆ ਗਏ ਹੋ ਤੁਸੀਂ ਤੁਹਾਨੂੰ ਆਉਣਾ ਚਾਹੀਦਾ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗਾਉਣਾ ਕਿਵੇਂ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਲਿਖਣਾ ਕਿਵੇਂ ਹੈ ਬੋਲਣਾ ਕਿਵੇਂ ਹੈ ਐਕਟ ਕਿਵੇਂ ਕਰਨਾ ਤੇ ਤੁਸੀਂ ਸਿੰਗਿੰਗ ਵਿੱਚ ਹੈਵ ਯੂ ਟ੍ਰਾਈਡ ਟੂ ਨਹੀਂ ਹੈ ਕੋਈ ਅੱਛਾ ਬਟ i will definitely be singing uh, okay. soon oho yani hoega ke mai singer bhi banna chahunda na oh hoega ke bas theek hai mai mai you want to be able to be a matlab all round yeah. performer haan ji because mm -hmm. theater artist theater kita mai mera 8 9 saal da tajurba hai theater da us to baad mainu 6 saal ho gaye ne screen te kaam karde haan aur mai likh vi lenda ਸ਼ਾਇਦ ਠੀਕ ਹੀ ਲਿਖ ਲੈਂਦਾ ਹੂੰਗਾ ਤੇ ਮੈਂ ਪ੍ਰੈਕਟਿਸ ਕਰਕੇ ਹੀ ਕਰਾਂਗਾ ਜੋ ਵੀ ਕਰਾਂਗਾ ਤਾਂ ਕਿ ਐਵੇਂ ਫਜ਼ੂਲ ਜੀ ਗੱਲ ਨਾ ਹੋ ਜੇ ਤੇ ਅਲਟੀਮੇਟ ਗੋਲ ਇਜ਼ ਬਾਲੀਵੁੱਡ 100% ਯਾਹ ਬਾਲੀਵੁੱਡ ਤੇ ਅਲਟੀਮੇਟ ਗੋਲ ਟੂ ਵਰਕ ਇਨ ਬਾਲੀਵੁੱਡ ਵਧੀਆ ਵਧੀਆ ਕੰਮ ਕਰਨਾ ਸਕ੍ਰਿਪਟਸ ਵਧੀਆ ਫਿਲਮਸ ਥੈਂਕ ਯੂ ਸੋ ਮਚ